ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਾਡਾ ਕਿਸਾਨ ਤੋਂ ਲਵਪ੍ਰੀਤ ਸਿੰਘ ਭੁੱਲਰ। ਅੱਜ ਨਾ ਮੈਂ ਤੁਹਾਨੂੰ ਪੱਤਾ ਲਪੇੜ ਤੇ ਗੋਭ ਦੀ ਸੁੰਡੀ ਨੂੰ ਮਾਰ ਲਈ ਚਾਰ ਅਜਿਹੀਆਂ ਧਾਕੜ ਸਪਰੇਹਾਂ ਦੱਸਣ ਜਾ ਰਿਹਾ ਜਿਨ੍ਹਾਂ ਦਾ ਅਸਰ ਵੀ ਫੁੱਲ ਲੰਬਾ ਹੋਊਗਾ, ਪੈਂਦਾ ਖੁੰਦਾ ਸਸਤੀਆਂ ਵੀ ਬਹੁਤ ਬਹੁਤ ਹੀ ਜ਼ਿਆਦਾ ਪੈਣਗੀਆਂ ਅਤੇ ਰਿਜ਼ਲਟ ਵੀ 100 ਦੇ ਵਿੱਚੋਂ 101% ਤੁਹਾਨੂੰ ਮਿਲੇਗਾ। ਹਾਂ ਦੋਸਤੋ, ਆਪਾਂ ਸਮਾਂ ਨਹੀਂ ਬਰਬਾਦ ਕਰਦੇ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਿਕੁਇਡ ਐਮਾਮੈਕਟਨ ਬੈਂਜੂਟ 1.9 ਵਾਲੀ ਤੜਕੇ ਵਾਲੀ। ਹਾਂ ਦੋਸਤੋ, ਇੱਕ ਤਾਂ ਹੁੰਦੀ ਹੈ ਸਿੰਪਲ ਅਤੇ ਇੱਕ ਹੁੰਦੀ ਆ ਤੜਕੇ ਵਾਲੀ, ਅਤੇ ਆਪਾਂ ਤੜਕੇ ਵਾਲੀ ਲੈਣੀ ਆ। ਲਗਭਗ 150 ਤੋਂ ਲੈ ਕੇ 200-225 ਰੁਪਏ ਇੱਥੇ ਦੀ ਇਹਦਾ ਖਰਚਾ ਆਉਂਦਾ। ਪੱਤਾ ਲਪੇੜ ਸੁੰਡੀ ਨੂੰ ਤਾਂ ਨਾ ਆਟੇ ਵਾਂਗ ਪੱਤੇ ਉੱਪਰ ਹੀ ਗੁੰਨ ਕੇ ਰੱਖ ਦਿੰਦੀ ਆ, ਵਧੀਆ ਸ਼ਾਨਦਾਰ ਰਿਜ਼ਲਟ ਆ। ਅੱਗੇ ਗੱਲ ਕਰਦੇ ਹਾਂ ਆਪਾਂ ਕਲੋਰੈਂਟਰਾ ਨੀਲੀ ਪਰੋਲ ਪ੍ਰਤੀ ਏਕੜ ਡੋਜ਼ ਦੀ ਗੱਲ ਕਰੀਏ, ਅਤੇ ਇਸਦੀ 50 ml ਤੋਂ ਲੈ ਕੇ 60 ml ਆ, 60 ml ਫੁੱਲ ਡੋਜ਼ ਆ। ਹੁਣ ਇਹ ਟੈਕਨੀਕਲ ਬਹੁਤ ਹੀ ਜ਼ਿਆਦਾ ਸਸਤਾ ਹੋ ਗਿਆ, ਲਗਭਗ 225 ਰੁਪਏ ਤੋਂ ਲੈ ਕੇ 300 ਰੁਪਈਏ ਦੇ ਵਿਚਕਾਰ ਪ੍ਰਤੀ ਏਕੜ ਖਰਚਾ ਹੈਗਾ। ਪਹਿਲਾਂ ਤਾਂ ਇਹ ਸਾਲਟ ਸੀਗਾ ਬਹੁਤ ਮਹਿੰਗਾ, ਪਰੰਤੂ ਹੁਣ ਬਹੁਤ ਜ਼ਿਆਦਾ ਸਸਤਾ ਹੋ ਗਿਆ ਅਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਸਾਲਟ ਦਾ। ਗੱਲ ਕਰਕੇ ਗੋਭ ਦੀ ਸੁੰਡੀ 'ਤੇ ਤਾਂ ਬਹੁਤ ਜ਼ਿਆਦਾ ਵਧੀਆ ਅਸਰਦਾਰ ਆ ਅਤੇ ਲਗਭਗ ਲੰਬਾ ਅਸਰ ਰਹਿੰਦਾ ਹੈਗਾ, 15 ਤੋਂ 20 ਦਿਨ ਆਪਣੇ ਝੋਨੇ ਦੇ ਉੱਪਰ ਵਧੀਆ ਇਸਦਾ ਰਿਜ਼ਲਟ ਮਿਲਦਾ ਹੈਗਾ। ਹੁਣ ਅਗਲੀ ਦਵਾਈ ਹੈਗੀ ਆ ਫਲੂਬੈਂਡਾਮਾਈਡ। ਹਾਂ ਦੋਸਤੋ, ਜੇਕਰ ਤੁਸੀਂ ਇਹ ਲਿਕੁਇਡ ਦੇ ਵਿੱਚ ਲੈ ਰਹੇ ਹੋ ਤਾਂ ਇਹ 20-25 ml ਲੈਣੀ ਆ। 20 ml ਲਓ, ਬਹੁਤ ਤੋਂ ਬਹੁਤ ਜੇ ਤੁਹਾਡਾ ਮਨ ਨਹੀਂ ਖੜਦਾ 25 ml ਤੱਕ ਪ੍ਰਤੀ ਏਕੜ ਪਾ ਸਕਦੇ ਹੋ। ਫਿਰ ਇਹ ਆਉਂਦੀ ਹੈ WDG ਫਾਰਮ ਦੇ ਵਿੱਚ 20% ਦੇ ਵਿੱਚ, ਇਹੀ ਸਾਲਟ ਫਲੂਬੈਂਡਾਮਾਈਡ ਜਿਹਨੂੰ ਆਪਾਂ ਸੀਵੀਆਂ ਜੀਆਂ ਕਹਿ ਦਿੰਦੇ ਹਾਂ, ਤਾਂ ਉਹ ਆਪਾਂ 50-60 ਗ੍ਰਾਮ, 60 ਗ੍ਰਾਮ ਜਮੈਂਡ ਡੋਜ਼ ਆ, ਇੰਨੀ ਕੁ ਡੋਜ਼ ਪਾਓ। ਰਿਜ਼ਲਟ ਇਸ ਦੇ ਵੀ ਵਧੀਆ, ਪਰੰਤੂ ਪਿਛਲੀ ਵਾਰ ਥੋੜ੍ਹੇ ਜਿਹੇ ਰਿਜ਼ਲਟ ਇਸ ਦੇ ਘੱਟ ਮਿਲੇ ਸੀ। ਤੂੰ ਆਪਣੇ ਕਿਸਾਨਾਂ ਦੀ ਇਹ ਦਵਾਈ ਪਹਿਲੀ ਪਸੰਦ ਆ ਅਤੇ ਸਭ ਤੋਂ ਵੱਧ ਇਸੇ ਦਵਾਈ ਦਾ ਛਿੜਕਾਅ ਆਪਣੇ ਕਿਸਾਨ ਵੀਰ ਕਰਦੇ ਆ। ਯਾਦ ਰਹੇ ਦੋਸਤੋ, ਆਪਾਂ ਕਿਸੇ ਦੇ ਪਿੱਛੇ ਲੱਗ ਕੇ ਡੋਜ਼ ਨਹੀਂ ਵਧਾਉਣੀ, ਕਿਉਂਕਿ ਜਿਹੜਾ ਫਲੂਬੈਂਡਾਮਾਈਡ ਆ ਉਹ 40-42 ਗ੍ਰਾਮ ਤੱਕ ਹੀ ਪ੍ਰਤੀ ਏਕੜ ਪਵਾਈ ਜਾਂਦੇ ਆ, ਅਤੇ ਜਿਹੜਾ ਆਪਣਾ ਸੀਵੀਆਂ ਵਾਲਾ ਸਾਲਟ ਆ ਇਹੀ ਜਿਹੜਾ 20% ਦੇ ਵਿੱਚ ਹੁੰਦਾ ਫਲੂਬੈਂਡਾਮਾਈਡ WDG ਫਾਰਮ ਦੇ ਵਿੱਚ, ਉਸ ਦੀ 100-100 ਗ੍ਰਾਮ ਤੱਕ ਡੋਜ਼ ਪਵਾਈ ਜਾਂਦੇ ਆ, ਇੰਨੀ ਡੋਜ਼ ਆਪਾਂ ਨਹੀਂ ਲੈਣੀ। ਅੱਗੇ ਗੱਲ ਕਰਦੇ ਹਾਂ ਚੌਥੇ ਨੰਬਰ 'ਤੇ ਸਭ ਤੋਂ ਲਾਸਟ ਕਿਹੜਾ ਟੈਕਨੀਕਲ ਆ, ਟਾਈਟਰਾ ਨੀਲੀ ਪਰੋਲ। ਹਾਂ ਦੋਸਤੋ, ਇਹ ਕਾਫੀ ਮਹਿੰਗਾ ਗਾ, 1000 ਰੁਪਈਆ ਕਿੱਲਾ ਪੈਂਦਾ ਗਾ। ਤਾਂ ਦੋਸਤੋ, ਇਸ ਦੇ ਰਿਜ਼ਲਟ ਸ਼ਾਨਦਾਰ ਆ, ਪੱਤਾ ਲਪੇੜ ਅਤੇ ਗੋਭ ਦੀ ਸੁੰਡੀ ਦੋਨਾਂ ਲਈ ਬਹੁਤ ਜ਼ਿਆਦਾ ਵਧੀਆ ਟੈਕਨੀਕਲ ਆ ਅਤੇ ਨਵਾਂ ਟੈਕਨੀਕਲ ਆ। ਹਾਂ ਦੋਸਤੋ, ਨਵੀਂ ਟੈਕਨੋਲੋਜੀ, ਨਵਾਂ ਟੈਕਨੀਕਲ ਆ ਟੈਟਰਾ ਨੀਲੀ ਪਰੋਲ, ਪ੍ਰਤੀ ਏਕੜ 100 ml ਇਸ ਦੀ ਡੋਜ਼ ਆ। ਵੈਸੇ ਤਾਂ ਦੋਸਤੋ, ਮੈਂ ਹੁਣ ਤੱਕ ਜਿੰਨੀਆਂ ਵੀ ਦਵਾਈਆਂ ਤੁਹਾਨੂੰ ਦੱਸੀਆਂ, ਇਹ 4 ਦਵਾਈਆਂ ਸਭ ਤੋਂ ਸਸਤੀਆਂ, ਚੌਥੀ ਥੋੜ੍ਹੀ ਜਿਹੀ ਮਹਿੰਗੀ ਆ, ਅਤੇ ਸਭ ਤੋਂ ਵਧੀਆ ਰਿਜ਼ਲਟ ਆ ਜਿਹਦਾ ਕਿ ਆਪਾਂ ਕਹਿੰਦੇ ਹਾਂ ਲੰਬਾ ਰਿਜ਼ਲਟ ਮਿਲੇ, ਟੌਪ ਰਿਜ਼ਲਟ ਮਿਲੇ, ਉਹੀ ਦਵਾਈਆਂ ਤੁਹਾਨੂੰ ਅੱਜ ਦੱਸੀਆਂ। ਮਹਿੰਗੀ ਦਵਾਈ ਥੋੜ੍ਹੀ ਜਿਹੀ ਤਾਂ ਦੱਸੀ ਹੈ ਕਿਉਂਕਿ ਨਵਾਂ ਟੈਕਨੀਕਲ, ਰਿਜ਼ਲਟ ਇਸਦਾ ਵੀ ਵਧੀਆ। ਵੈਸੇ ਤਾਂ ਇਸ ਤੋਂ ਵੀ ਮਹਿੰਗੀਆਂ ਮਹਿੰਗੀਆਂ 1400 ਰੁਪਏ ਕਿਲੇ ਤੱਕ ਵੀ ਦਵਾਈਆਂ ਪਈਆਂ ਗੀਆਂ। ਤਾਂ ਦੋਸਤੋ, ਹੁਣ ਦਿਓ ਇਜਾਜ਼ਤ, ਧੰਨਵਾਦ ਦੋਸਤੋ।